ਮੈਂਟੂ ਜੀ ਆਪਾਂ ਸ਼ੁਰੂਆਤ ਕਰੀਏ ਕੱਲ ਜਿਸ ਤਰ੍ਹਾਂ ਦੇ ਨਾਲ ਆਪਾਂ ਉਹ ਖਬਰ ਕੀਤੀ ਸੀ ਪੱਤਰਕਾਰ ਵਾਲਾ ਮਾਮਲਾ ਜਿਹੜਾ ਹੋਇਆ ਉਸ ਤੋਂ ਬਾਅਦ ਕਹਿੰਨੇ ਕਿ ਕਾਂਗਰਸ ਨੇ ਤਾਂ ਦੋ ਚੈਨਲਾਂ ਦਾ ਬਾਈ ਨੇਮ ਲਿਖ ਕੇ ਕਹਿੰਨੇ ਕਿ ਜੀ ਬਾਈਕਾਟ ਹੀ ਕਰ ਦਿੱਤਾ ਕਹਾਣੀ ਕਿਹੜੇ ਪਾਸੇ ਚਲੇਗੀ ਫਿਰ ਅੱਕੇ ਭਾਏ ਮੈਨੂੰ ਲੱਗਦਾ ਕਾਂਗਰਸੀ ਵੀ ਟਾਈਮ ਵੀ ਦਿੱਤਾ ਅਲਟੀਮੇਟਮ ਨਾਲ ਕਹਿੰਨੇ ਬਾਈ ਤਿੰਨ ਮਹੀਨੇ ਆ ਤਿੰਨ ਮਹੀਨੇ ਵਾਸਤੇ ਬਾਈਕਾਟ ਆ ਹਾਂਜੀ ਤੇ ਉਹ ਇਹ ਕਹਿ ਰਹੇ ਆ ਇੱਕ ਤਰ੍ਹਾਂ ਨਾਲ ਵੀ ਹਾਲੇ ਤਿੰਨ ਮਹੀਨੇ ਦਾ ਸੁਧਰ ਜੋ ਨਹੀਂ ਤਾਂ ਫਿਰ ਅਸੀਂ ਵਧਾ ਦੇਵਾਂਗੇ ਵੈਲਟੀਟੀ ਅੱਗੇ ਪਾ ਦੇਵਾਂਗੇ ਵੈਲਟੀਟੀ ਅਸੀਂ ਵਧਾ ਦੇਵਾਂਗੇ ਜੀ ਤਾਂ ਦੇਖੋ ਗੱਲ ਇਹ ਆ ਕਿ ਇਹ ਹੁਣ ਕਰਨੀਆਂ ਭਰਨੀਆਂ ਨੇ ਮਾਨ ਸਾਹਿਬ ਕੀ ਕਿਹਾ ਜਾ ਸਕਦਾ ਆ ਜੀ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ মিডিਆ ਤਾਂ ਉਹੀ ਐ ਜੀ ਜਿਹੜਾ ਇਹਨਾਂ ਦੇ ਗੋਡਿਆਂ ਦੇ ਮੁੱਢ ਬੰਦਾ ਰਿਹਾ ਜੀ ਇਹ ਉਹੀ ਨੇ ਪਹੁੰਚੋਂ ਕਿ ਜਿਹੜੇ ਹੈਲੀਕਾਪਟਰ 'ਚ ਵੜ-ਵੜ ਕੇ ਦਿਖਾਉਂਦੇ ਸੀ ਕਿ ਚੰਨੀ ਸਾਹਿਬ ਅੱਜ ਚੂਰੀ ਖਾ ਰਹੇ ਨੇ ਚੰਨੀ ਸਾਹਿਬ ਅੱਜ ਐਸ ઠાਬੇ ਤੇ ਚੱਲ ਗਏ ਨੇ ਜੀ ਇਹ ਤਾਂ ਭਾਈ ਸਿੱਧਾ ਸਾਫ ਆ ਹੈ ਸਪਸ਼ਟ ਹੈ ਕਿ ਜੀ ਦੀ ਖਾਈਏ ਬਾਜਰੀ ਤੇ ਉਹਦੀ ਪਰਿਆ ਬਾਜਰੀ ਬਿਲਕੁਲ ਤੁਹਾਡੇ ਕੋਲ ਬਾਜਰੀ ਸੀਗੀ ਤੁਹਾਡੇ ਕੋਲ ਬਾਜਰੀ ਦਾ ਗੱਟਾ ਹੀ ਸੀਗਾ ਤੁਸੀਂ ਐ ਪਾਉਂਦੇ ਸੀ ਤੋਤੇ ਆਉਂਦੇ ਸੀ ਉਹ ਹੁਣ ਥੈਲੀ ਕਿਸੇ ਹੋਰ ਕੋਲ ਚਲ ਗਈ ਆ ਉਹ ਉਧਰ ਨੂੰ ਚਲ ਗਏ ਨੇ ਹੁਣ ਤੁਸੀਂ ਬਾਈਕਟ ਕਰੋ ਜੋ ਮਰਜ਼ੀ ਕਰੋ ਹਕੀਕਤ ਹੈ ਜੀਦੇ ਕੋਲੇ ਝੋਲਾ ਜਾਊ ਅਸੇ ਦੇ ਮਗਰ ਚਲੇ ਜਾਣਗੇ ਹਕੀਕਤ ਹੈ ਦਰ ਹਕੀਕਤ ਇਹੀ ਹੈ ਕਿ ਭਈ ਇਹ ਸਾਰਾ ਕੁਝ ਇਸੇ ਤਰ੍ਹਾਂ ਚੱਲਦਾ ਪਿਆ ਬਾਈਕਟ ਦੀ ਨੌਬਤ ਵੈਸੇ ਨਹੀਂ ਆਉਣੀ ਚਾਹੀਦੀ ਮਾਨ ਸਾਹਿਬ ਜੋ ਕੱਲ ਹੋਇਆ ਮੈਂ ਕੱਲ ਵੀ ਗੱਲ ਕਹੀ ਸੀ ਜੀ ਕਿ ਭਈ ਸਾਡੇ ਪੱਤਰਕਾਰਾਂ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਆ ਕਿ ਜਿਹੜੇ ਨੇਤਾ ਲੋਕ ਨੇ ਤੇ ਤੁਸੀਂ ਉਹ ਸਰਦਾ ਦੋਵਾਂ ਦਾ ਨਹੀਂ ਹੈ ਜੀ ਪਰ ਜੇ ਦੋਵੇਂ ਇੱਕ ਦੂਜੇ ਦੇ ਨਾਲ ਕਿਉ ਖਿਚੜੀ ਜ਼ਿਆਦਾ ਹੀ ਹੋ ਜਾਣਗੇ ਨਾ ਤੇ ਖੀਰ ਕਈ ਵਾਰ ਫਿਰ ਉਲੀ ਵੀ ਲੱਗ ਜਾਂਦੀ ਹੈ ਇਹਨਾਂ ਇਸ ਰਿਸ਼ਤੇ ਨੂੰ ਇਸ ਕਰਕੇ ਉਹਨਾਂ ਕੋਈ ਰੱਖੋ ਸਹਿਚਾਰ ਰੱਖੋ ਹਰੇਕ ਨਾਲ ਯਾਰ ਗੁੱਡਵਿਲ ਠੀਕ ਆ ਹਰੇਕ ਨੂੰ ਇੱਜ਼ਤ ਦਿਓ ਹਰੇਕ ਤੋਂ ਇੱਜ਼ਤ ਲਓ ਪਰ ਜਦੋਂ ਤੁਸੀਂ ਬਹੁਤ ਜ਼ਿਆਦਾ ਇਹਨਾਂ ਤੇ ਲੇੜੇ ਹੋ ਜਾਂਦੇ ਹੋ ਨਾ ਪੱਤਰਕਾਰ ਦੇ ਤੌਰ ਤੇ ਜਾਂ ਤੁਸੀਂ ਕੁਝ ਗਰਜ਼ਾਂ ਆਪਣੀਆਂ ਪੂਰੀਆਂ ਇਹਨਾਂ ਤੋਂ ਕਰਵਾਉਣ ਲੱਗ ਪੈਂਦੇ ਹੋ ਜੀ ਫਿਰ ਹਾਸ਼ਰ ਮਾੜੇ ਹੁੰਦੇ ਨੇ ਜੀ ਤੇ ਅੱਗੇ ਇਹਦੇ ਤੇ ਅਸੀਂ ਖੁੱਲ੍ਹ ਕੇ ਵਿਸਥਾਰ ਨਾਲ ਗੱਲ ਕੀਤੀ ਆ ਕਿ ਤਨਖਾਹਦਾਰ ਜਿਹੜੇ ਹੈਗੇ ਨੇ ਇਹਨਾਂ ਨੂੰ ਵੀ ਸੋਚਣਾ ਪਵੇਗਾ ਕਿ ਚਲੋ ਠੀਕ ਹੈ ਤੁਸੀਂ ਤਨਖਾਹਿਓ ਤਨਖਾਹ ਲੈਣੀ ਹੈ ਕੰਮ ਕਰਨਾ ਹੈ ਸੈਟਿੰਗਾਂ ਤਾਂ ਉੱਤੇ ਮੈਨੇਜਮੈਂਟ ਕਰਦੀ ਆ ਇਹਨਾਂ ਦੇ ਉੱਤੇ ਬੈਠੇ ਜਿਹੜੇ ਸੰਪਾਦਕ ਨੇ ਜਾਂ ਜਿਹੜੇ ਉੱਤੇ ਮੈਨੇਜਮੈਂਟ ਆ ਉਹ ਕਰਦੀ ਆ ਕਰਵਾਉਂਦੀ ਆ ਸਰਕਾਰਾਂ ਕਰਦੀਆਂ ਨੇ ਆਪ ਪਰ ਜੇ ਤੁਸੀਂ ਲੋਕਾਂ ਦਾ ਸਾਥ ਛੱਡਦੇ ਹੋਗੇ ਤੇ ਤੁਸੀਂ ਤੇ ਲੋਕਾਂ ਦੇ ਨਾਲ ਹੋ ਨਾ ਚੈਨਲਾਂ ਦਾ ਕੀ ਹੈ ਚੈਨਲ ਤੇ ਛੱਤੀ ਖੁੱਲਦੇ ਛੱਤੀ ਬੰਦ ਹੁੰਦੇ ਆ ਜੀ ਤੁਹਾਡੀ ਫੇਸ ਵੈਲਿਊ ਲੋਕਾਂ ਦੇ ਨਾਲ ਹੀ ਆ ਕਿਉਂਕਿ ਇਹ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਫੇਸ ਵੈਲਿਊ ਕਮ ਕਰਦੀ ਹੈ ਤਾਂ ਤੁਸੀਂ ਆਪਣੀ ਫੇਸ ਵੈਲਿਊ ਨੂੰ ਜੇ ਗਵਾ ਲਓਗੇ ਤਾਂ ਦੋਈ ਚੀਜ਼ਾਂ ਨੇ ਕਿ ਫਿਰ ਜਾਂ ਤਾਂ ਲੋਕਾਂ ਦੇ ਨਾਲ ਖਲੋਜਵੋ ਜਾਂ ਫਿਰ ਉਹਨਾਂ ਤੋਂ ਗਾਲ ਖਾਲ ਲਵੋ ਜੀ ਦੋਈ ਚੀਜ਼ਾਂ ਨੇ ਇਹ ਤੁਹਾਨੂੰ ਵੇਖਣਾ ਪੈਗਾ ਦੇਖੋ ਮੈਂ ਕਿਸੇ ਤੇ ਕਦੇ ਵੀ ਆਪਣੀ ਮਰਜ਼ੀ ਨਹੀਂ ਥੋਪ ਸਕਦਾ ਹਰੇਕ ਦਾ ਆਪਣਾ ਕੰਮ ਕਰਨ ਦਾ ਇੱਕ ਢੰਗ ਹੈ ਜੀ ਹਰੇਕ ਬੰਦੇ ਨੇ ਆਪਣੀ ਕਹਿ ਲੋ ਕਿ ਆਪ ਤਕਦੀਰ ਜਿਹੜੀ ਉਹ ਲਿਖਣੀ ਹੁੰਦੀ ਹੈ ਜੀ ਆਪ ਆਪਣਾ ਕੈਰੀਅਰ ਚੁਣਨਾ ਜਾਂ ਬਣਾਉਣਾ ਹੈ ਪਰ ਇਹ ਤਾਂ ਤੁਹਾਨੂੰ ਸੋਚਣਾ ਪਵੇਗਾ ਦੋਏ ਚੀਜ਼ਾਂ ਨਹੀਂ ਹੋਣਗੀਆਂ ਤੁਸੀਂ ਸਰਕਾਰ ਨੂੰ ਸਵਾਲ ਘੱਟ ਕਰਦੇ ਹੋ ਆਪੋਜੀਸ਼ਨ ਨੂੰ ਦਬੰਨੀ ਫਿਰਦੇ ਹੋ ਖੀਰ ਫਿਰ ਇਹੀ ਸਿੱਟਾ ਨਿਕਲਦਾ ਹਾਲਾਂਕਿ ਮੈਂ ਕੱਲ ਵੀ ਕਿਹਾ ਸੀਗਾ ਕਿ ਜਿਹੜੇ ਇਸ ਤਰ੍ਹਾਂ ਦੇ ਲੀਡਰ ਆ ਉਹਨਾਂ ਨੂੰ ਆਪਣਾ ਆਪ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ ਸਵਾਲ ਦਾ ਕਿਸੇ ਦਾ ਜਵਾਬ ਨਹੀਂ ਤਾਂ ਤੁਸੀਂ ਨੋ ਕਮੈਂਟ ਕਰਦੇ ਹੋ ਜੇ ਕਿਸੇ ਪੱਤਰਕਾਰ ਤੋਂ ਤੁਹਾਨੂੰ ਕੋਈ ਸ਼ਿਕਾਇਤ ਹੈ ਉਹਨੂੰ ਹਾਂ ਹੀ ਨਾ ਕਰੋ ਜਾਂ ਵਿਚ ਵਿਚਾਲਿਓ ਬਾਈ ਇੰਟਰਵਿਊ ਛੱਡ ਦਿਓ ਨਰਿੰਦਰ ਮੋਦੀ ਵੀ ਇੰਟਰਵਿਊ ਛੱਡ ਕੇ ਚਲੇ ਗਏ ਸਨ ਉਹ ਵੀਡੀਓ ਵਾਇਰਲ ਹੁੰਦਾ ਅੱਖਾਂ ਦੇ ਕਦੇ ਜੀ ਛੱਡ ਕੇ ਚਲੇ ਗਏ ਸਨ ਖੋਲ ਕੇ ਸਾਰਾ ਕੁਝ ਚਲੇ ਗਏ ਸਨ ਤੇ ਸਾਕਾਇਤਰ ਮੈਨੂੰ ਇਹ ਤੇ ਕਰਦੇ ਰਹੇ ਪੀਸੀ ਛੱਡ ਕੇ ਦੋ ਚਾਰ ਸਵਾਲਾਂ ਜਵਾਬ ਦਿੱਤਾ ਬਾਅਦ ਚਲੋ ਜੀ ਜੀ ਬਿਲਕੁਲ ਪਰ ਤੁਸੀਂ ਉਹ ਕਰ ਸਕਦੇ ਹੋ ਪਰ ਇਦਾਂ ਇਨੀ ਤਲਖੀ ਜਿਹੜੀ ਉਹ ਵੀ ਠੀਕ ਨਹੀਂ ਹੁੰਦੀ ਪਰ ਜਿਹੜੇ ਪੱਤਰਕਾਰ ਤਾਂ ਵਿਚਰ ਰਹੇ ਆ ਉਹਨਾਂ ਨੂੰ ਵੀ ਵੇਖਣਾ ਪਏਗਾ ਹੁਣ ਤੁਸੀਂ ਜਾਣਾ ਕਿ ਇਸ ਪਾਸੇ ਆ ਇਹ ਲੋਕ ਤੇ ਦੂਜੇ ਪਾਸੇ ਹੋ ਗਏ ਹੁਣ ਭਾਈ ਜਾਂ ਤਾਂ ਆਪ ਸਿੱਧੇ ਹੋ ਜਾਓ ਜਾਂ ਸਿੱਧੇ ਕਰ ਦੇਣਗੇ ਤੁਹਾਨੂੰ ਐ ਥੋੜੀ ਕੋਈ ਕਹਿੰਦਾ ਹੈ ਜੀ ਕਿ ਤੁਸੀਂ ਯਾਰ ਮਤਲਬ ਕਿ ਇਹਦੇ ਨਾਲ ਖੜਜੋ ਜਾਂ ਕੱਲ ਸਰਕਾਰ ਦੇ ਵਿਰੋਧੀ ਹੋ ਜਾਓ ਨਹੀਂ ਇੱਕ ਬੈਲੈਂਸ ਰੱਖ ਕੇ ਤੇ ਚੱਲੋ ਨਾ ਕੁਝ ਸਵਾਲ ਉਹਨਾਂ ਨੂੰ ਹੋਣੇ ਚਾਹੀਦੇ ਕੁਝ ਉਹਨਾਂ ਨੂੰ ਹੋਣੇ ਚਾਹੀਦੇ ਤੇ ਸਾਫ ਸਪਸ਼ਟ ਨਜ਼ਰ ਆ ਰਿਹਾ ਕਿ ਮੀਡੀਆ ਇੱਕ ਮਿਸਾਲ ਵੇਖ ਲਓ ਤੁਸੀਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਜੀ ਮੋਗੇ ਵਾਲਾ ਰੌਲਾ ਪਿਆ ਜੀ ਕਿੰਨਾ ਰੌਲਾ ਪਿਆ ਹਾਈ ਸੇ ਚੈਨਲ ਨੇ ਜਿਹਨੂੰ ਬਾਈਕਟ ਕਰ ਰਹੇ ਨੇ ਇੱਕ ਤਾਂ ਵੈਬ ਹੈ ਤੇ ਇੱਕ ਮੇਨਸਟ੍ਰੀਮ ਮੇਨਸਟ੍ਰੀਮ ਚੈਨਲ ਨੇ ਕੀ ਕੀਤਾ ਕਿ ਪਹਿਲੇ ਜਿਹੜੇ ਇਲਜ਼ਾਮਤ ਲਗੇ ਕਥੇ ਤੌਰ ਤੇ ਜੋ ਸਾਰੀ ਕੰਟਰੋਵਰਸੀ ਉਪਜੀ ਉਹਦੀ ਕੋਈ ਇੱਕ ਮਤਲਬ ਕਿ ਛੋਟੀ ਮੋਟੀ ਖਬਰ ਭਾਵੇਂ ਕਿਤੇ ਚਲਾਈ ਹੋਵੇ ਕੋਈ ਉਹਦੀ ਕਵਰੇਜ ਨਹੀਂ ਸੀਗੀ ਜਿਵੇਂ ਹੀ ਕਲੀਨ ਚਿੱਟ ਦੀ ਖਬਰ ਆ ਗਈ ਜਾਂ 2 ਕਰੋੜ ਦੇ ਨੋਟਸ ਦਾ ਜ਼ਿਕਰ ਆ ਗਿਆ ਤਿਵੇਂ ਹੀ ਉਹ ਖਬਰ 2 ਦਿਨ ਰਿਪੀਟ ਤੇ ਚੱਲੀ ਤੇ ਅਜੋਕ ਜੱਜ ਨਹੀਂ ਕਰਦੇ ਉਸ ਚੀਜ਼ ਅੱਜ ਉੱਥੇ ਕਾਉਂਸਲਰ ਦਾ ਰੌਲਾ ਪੈ ਗਿਆ ਅੱਜ ਐਮ.ਐਲ.ਏ ਸਾਹਿਬ ਉੱਥੇ ਫੋਨ ਉਤੇ ਲੱਗੇ ਹੋਏ ਨੇਗੇ ਅੱਗੇ ਪਿੱਛੇ ਪੱਖ ਨਹੀਂ ਦਿਖਾਇਆ ਪਹਿਲਾਂ ਨਹੀਂ ਪਹਿਲਾਂ ਉਹ ਸਾਹਮਣੇ ਨਹੀਂ ਆਏ ਮੀਡੀਆ ਤੇ ਅੱਜ ਉਹ ਦਾਵਾ ਕਰ ਰਹੇ ਨੇ ਕਿ ਪੰਜਾਬ ਚ ਪਹਿਲਾ ਮੇਹਰਾ ਆਮ ਆਦਮੀ ਪਾਰਟੀ ਦੇ ਇੱਥੇ ਬਣਿਆ ਨੇ ਇੱਕ ਵਿੱਚ ਜੀ ਉਹ ਕਿਵੇਂ ਬਣਿਆ ਸੁਣ ਲੋ 13 ਤੇ ਕੱਲ ਹੀ ਨੇ ਉਹਦੇ ਵਿੱਚ 13 ਕੱਲ ਹੀ ਨੇ ਜੀ ਕੀ ਕੀ ਥੋੜਿਆ ਇਹੋ ਜਿਹਾ ਸਿਧਾਂਤ ਨੂੰ ਤਲੰਜਲੀ ਦੇ ਦਿੱਤੀ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਕਹਿੰਦੇ ਜੇ ਕਿ ਇਹ ਮੰਡਟ ਨੂੰ ਐ ਕਰ ਲੈਂਦੇ ਉਹ ਕਰ ਲੈਂਦੇ ਤੁਸੀਂ ਕੀ ਕਰ ਰਹੇ ਹੋ ਜੀ ਮੋਗਾ ਦੇ ਵਿੱਚ ਕਾਲੀਆਂ ਤੇ ਕਾਂਗਰਸੀਆਂ ਨੇ ਰਲ ਕੇ ਆਮ ਆਦਮੀ ਪਾਰਟੀ ਦਾ ਮੇਅਰ ਬਣਾ ਦਿੱਤਾ ਹੈ ਵੱਡਾ ਬਦਲਾ ਹੈ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਤੇ ਇਸ ਤੋਂ ਨਾਲ ਹੀ ਮੈਂ ਕੋਈ ਗੱਲ ਨਹੀਂ ਬਾਈ ਯਾਰ ਹੁਣ ਇਹ ਵੈਸੇ ਪੱਤਰਕਾਰ ਦਾ ਵੀ ਫਰਜ਼ ਬਣਦਾ ਹੁੰਦਾ ਕਿ ਬਾਈ ਤੁਸੀਂ ਕਿਹੜੇ ਨੂੰ ਮਤਲਬ ਕਿਹੜੇ ਲੀਡਰ ਨੂੰ ਤੁਸੀਂ ਕੀ ਸਵਾਲ ਪੁੱਛਣਾ ਹੈ ਵਿਰੋਧੀ ਇਹਨੂੰ ਵਿਰਧਗਾਲੇ ਸਵਾਲ ਪੁੱਛੋ ਸਰਕਾਰ ਨੂੰ ਸਰਕਾਰ ਵਾਲੇ ਸਵਾਲ ਪੁੱਛਣੇ ਚਾਹੀਦੇ ਜਿਹੜਾ ਤੁਹਾਡੇ ਬੰਦਾ ਸਾਹਮਣੇ ਬੈਠਾ ਹੈ ਤੁਸੀਂ ਉਹਦੇ ਹਿਸਾਬ ਨਾਲ ਹੀ ਉਹਦੇ ਅਹੁਦੇ ਦੇ ਹਿਸਾਬ ਨਾਲ ਹੀ ਪੁੱਛੋਗੇ ਤਾਂ ਬਿਹਤਰ ਹੈ ਬਿਹਤਰ ਰਹੇਗਾ ਬਿਲਕੁਲ ਉਹਦੇ ਨਾਲ ਇਹ ਕਿ ਬਈ ਬਾਕੀ ਸਵਾਲ ਵੀ ਪੁੱਛਣ ਦਾ ਤਰੀਕਾ ਤੁਹਾਡਾ ਹੋਣਾ ਚਾਹੀਦਾ ਇਹ ਥੋੜੀ ਗੱਲ ਪਹਿਜੋਗੇ ਤੁਸੀਂ ਆਰਾਮ ਨਾਲ ਗੱਲ ਕਰੋ ਯਾਰ ਲਿਆਕਤ ਨਾਲ ਗੱਲ ਕਰੋ ਸ਼ਾਇਸਤਕੀ ਹੋਣੀ ਚਾਹੀਦੀ ਆ ਇਹ ਕੀ ਕੀ ਬਣ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਸੰਸਨੀ ਖੇਜ ਬਣ ਕੇ ਰੌਲਾ ਪਾ ਕੇ ਸੰਗ ਪਾੜ ਕੇ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਬਾਈ ਸੰਗ ਤੁਹਾਡੇ ਨਾਲ ਤਿੱਗਣਾ ਹੈ ਜੇ ਤੁਸੀਂ ਲੀਡਰ ਨੂੰ ਭਜਾ ਲਏ ਆ ਲੀਡਰ ਨੇ ਤੁਹਾਨੂੰ ਭਜਾ ਲਏ ਫਿਰ ਕੀ ਅਸੀਂ ਇਸ ਡੌਂਟ ਚ ਕੀ ਬਣਾ ਤੁਸੀਂ ਆਮ ਲੋਕ ਦੇਖਣ ਤੁਹਾਨੂੰ ਤੁਹਾਡੇ ਆਪਣੇ ਸਵਾਲ ਜਿਹੜੇ ਉਹ ਨਿਸ਼ਾਨੇ ਤੇ ਲੱਗਣੇ ਚਾਹੀਦੇ ਆ ਜੀ ਤੁਹਾਡੇ ਚ ਇਹ ਭਾਵਨਾ ਨਹੀਂ ਹੋਣੀ ਚਾਹੀਦੀ ਮੈਂ ਨੀਵਾ ਦਿਖਾਉਣਾ ਕਿਸੇ ਲੀਡਰ ਨੂੰ ਜੀ ਤੁਸੀਂ ਇਹ ਦੇਖਣਾ ਕਿ ਮੈਂ ਯਾਰ ਜੋ ਸਵਾਲ ਲੋਕਾਂ ਦੇ ਆ ਮੈਂ ਇਸ ਲੀਡਰ ਨੂੰ ਕਰਨੇ ਨੇ ਤੇ ਇਹ ਇਹਦੇ ਤੋਂ ਜਵਾਬ ਲੈਣਾ ਹੁਣ ਜਵਾਬ ਲੈਣ ਦਾ ਆਪਣਾ ਢੰਗ ਹੁੰਦਾ ਹੈ ਜੀ ਅਗਲਾ ਗੱਲ ਪਿਆ ਤੋਂ ਜਵਾਬ ਨਹੀਂ ਦਿੰਦਾ ਹੁੰਦਾ ਜੀ ਜਵਾਬ ਲੈਣ ਦਾ ਟੰਗ ਹੁੰਦਾ ਜੀ 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 ਬਿਲਕੁਲ ਬਿਲਕੁਲ ਜੀ ਤੇ ਨਾਲ ਹੀ ਮਿੰਟੂ ਜੀ ਇਧਰੋਂ ਕੁਝ ਕਮੈਂਟ ਆਏ ਨੇ ਆਫਲਾਈਨ ਉਹ ਵੀ ਜਰਾ ਇੱਕ ਵੀਰ ਦੇ ਆ ਇਹ ਕਹਿੰਦੇ ਕਿ ਜੀ ਰੰਧਾਵਾ ਸਾਹਿਬ ਨੂੰ ਤੁਸੀਂ ਸਿਆਣਾ ਦੱਸ ਦਿਓ ਤੇ ਆਪ ਵਰਗੇ ਨੂੰ ਕਹਿੰਦੇ ਕਿ ਜਿਹੜੇ ਹੈਗੇ ਆਪ ਵਾਲੇ ਕਹਿੰਦੇ ਕਿ ਇਹਦੇ ਵਰਗੇ ਨਹੀਂ ਹੈਗੇ ਕੁਝ ਇਸ ਤਰ੍ਹਾਂ ਦਾ ਨਾਲ ਹੀ ਕਹਿੰਦੇ ਕਿ ਬਈ ਖਬਰਾਂ ਨਹੀਂ ਚਾਹੁੰਨ ਤੁਸੀਂ ਆਪ ਹੀ ਕਰ ਲੈਣੇ ਸਾਰਾ ਕੁਝ ਤੇ ਉਧਰ ਪੰਨੂ ਸਾਹਿਬ ਦਾ ਵੀ ਜ਼ਿਕਰ ਹੋ ਮੇਰੇ ਜਿਪਸੀ ਵਾਲਾ ਵਿੱਚ ਉਹ ਵੀ ਕਰਨਾ ਹੈ ਚਲੋ ਚਲੋ ਇਹਨਾਂ ਦੀਆਂ ਖਬਰਾਂ ਦੀ ਕੋਈ ਜਿਹੇ ਇਹ ਹੈਗੇ ਅਗੇ ਸਵੇਰ ਢਿੱਲੋਂ ਕਰਕੇ ਕੁਝ ਪਹਿਲੇ ਸਾਡੇ ਵੇਲੇ ਸਵੇਰ ਚੜ੍ਹਨ ਵਾਸਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਵੇਰ ਚੜ੍ਹੀ ਹੈ ਸਾਡੇ ਵੇੜੇ ਜੀ ਇਹ ਸਵੇਰ ਬਣ ਕੇ ਆਏ ਨੇ ਜੀ ਢਿੱਲੋਂ ਸਾਹਿਬ ਅਸੀਂ ਹਾਂ ਜੀ ਢਿੱਲੋਂ ਸਾਹਿਬ ਅਸੀਂ ਸਾਰਿਆਂ ਦਾ ਇਸਤਿਗਬਾਲ ਕਰਦੇ ਹਾਂ ਤੁਹਾਡਾ ਵੀ ਖੈਰਮਕਦਮ ਹੈ ਤੁਸੀਂ ਇਸ ਵੇੜੇ 'ਚ ਪੈਰ ਪਾਇਆ ਜੀ ਜਿਹੜੇ ਇਹਨਾਂ ਦੇ ਕਮੈਂਟ ਨੇ ਜਿਵੇਂ ਤੁਸੀਂ ਪਹਿਲੀ ਗੱਲ ਕੀਤੀ ਆ ਅਸੀਂ ਕੋਈ ਤੁਲਨਾ ਨਹੀਂ ਕੀਤੀ ਤੁਲਨਾ ਕਿੱਥੋਂ ਹੋਈ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਇਸ ਤਰ੍ਹਾਂ ਦੇ ਇਸ ਪੋਸ਼ ਦੇ ਨੇਤਾ ਨੇ ਜਿਹੜੇ ਲਗਾਤਾਰ ਦੋ ਵਾਰ ਵਿਧਾਇਕ ਬਣ ਗਏ ਆ ਇੱਕ ਵਾਰ ਉਹ ਡਿਪਟੀ ਵੀ ਰਹੇ ਨੇ ਫਿਰ ਇਸ ਤੋਂ ਇਲਾਵਾ ਜੇਲ੍ਹ ਮੰਤਰੀ ਰਹੇ ਨੇ ਵਿਰਾਸਤੀ ਰਾਜਨੀਤੀ ਉਹਨਾਂ ਦੇ ਕੋਲ ਹੈ ਫਿਰ ਤੇਰ ਬਾਈ ਮਤਲਬ ਕਿ ਬਹੁਤ ਬਚਪਨ ਤੋਂ ਲੈ ਕੇ ਉਹ ਰਾਜਨੀਤੀ 'ਚ ਜੰਮੇ ਪਲੇ ਆ ਕੋਈ ਨਵਾਂ ਲੀਡਰ ਤੇ ਇਸ ਤਰ੍ਹਾਂ ਕਰੇ ਕਿ ਆਪਣਾ ਟੈਂਪਰ ਲੂਸ ਕਰ ਜਾਵੇ ਉਹ ਤੇ ਚਲੋ ਮੰਨ ਲਿਆ ਕਿ ਹਲੇ ਉਹ ਨੌਸਖੀ ਹੈ ਨਵਾਂ ਸਿੱਖਦਾ ਪਿਆ ਹੈ ਇਸ ਤਰ੍ਹਾਂ ਦੇ ਲੀਡਰ ਨੂੰ ਆਪਣਾ ਆਪ ਨੇ ਗਵਾਉਣਾ ਚਾਹੀਦਾ ਹਾਂ ਪੱਤਰਕਾਰ ਨੂੰ ਟੋਕਣਾ ਜਾਂ ਵਰਜਣਾ ਜੇ ਕੋਈ ਆਪਣੀ ਮਰਿਆਦਾ ਤੋਂ ਬਾਹਰ ਲੰਘਦਾ ਹੈ ਉਹ ਤੁਹਾਡਾ ਫਰਜ਼ ਹੈ ਤੁਸੀਂ ਟੋਕ ਦਿਓ ਪਰ ਇੱਕ ਤਰੀਕਾ ਹੁੰਦਾ ਹੈ ਨਾ ਜਵਾਬ ਨਹੀਂ ਦੇਣਾ ਉਹਦਾ ਵੀ ਤਰੀਕਾ ਮੈਂ ਇਹ ਗੱਲ ਕਰ ਰਿਹਾ ਸੀ ਤੇ ਤੁਸੀਂ ਵਿੱਚ ਗੱਲ ਕੀਤੀ ਸੀ ਇਹ ਜੀ ਕਿ ਭਾਈ ਅੱਜ ਮੈਂ ਆਮ ਆਦਮੀ ਪਾਰਟੀ ਵਾਲੇ ਚੁਣ ਕੇ ਆਇਆ ਮੈਂ ਤਾਂ ਕਹਦਣਾ ਹੁੰਦਾ ਕਿ ਬਾਜਬਾ ਸਾਹਿਬ ਵੀ ਛੋਟੇ ਬਾਜਬਾ ਸਾਹਿਬ ਵੀ ਚਲੋ ਨਵੀਂ ਆ ਜੀ ਇਹ ਥੋੜੇ ਹਾਂਜੀ ਰਾਣਾ ਗੁਰਜੀਤ ਰਾਣਾ ਗੁਰਜੀਤ ਹਾਂ ਉਹਨਾਂ ਦਾ ਪੁੱਤਰ ਵੀ ਪਹਿਲੀ ਵਾਰ ਵਿਧਾਨ ਸਭਾ ਚ ਉਹਨਾਂ ਦਾ ਦੇਖੋ ਹਾਂਜੀ ਗੱਲ ਇਹ ਆ ਕਿ ਇਹ ਆਪਾਂ ਇੱਕ ਮਿਸਾਲ ਦੇ ਰਹੇ ਸੀਗੇ ਤੇ ਇਹ ਦੱਸੋ ਮੇਰੀ ਖ਼ਾਲ ਸੁਣੋ ਪਹਿਲੀ ਗੱਲ ਸਵੇਰ ਜੀ ਇਹ ਕਿਹਦੇ ਪੱਖ 'ਚ ਆ ਗੱਲ ਇਹ ਕਿਹਦੇ ਪੱਖ 'ਚ ਆ ਹੁਣ ਤੁਸੀਂ ਇਸ ਢਰੇ ਤੇ ਖਲੋ ਕੇ ਜੇ ਇਹ ਨਹੀਂ ਸੋਚ ਪਾ ਰਹੇ ਕਿ ਅਸੀਂ ਤਾਂ ਸਗੋਂ ਲਾਪਾ ਕਰ ਰਹੇ ਹਾਂ ਪੁਰਾਣੇ ਲੀਡਰਾਂ ਦੀ ਕਿ ਭਾਈ ਤੁਸੀਂ ਵੀ ਥੋੜਾ ਜਿਹਾ ਨਾ ਆਪਦੇ ਸ਼ਬਦਾਂ ਤੇ ਯਾਰ ਥੋੜਾ ਕਾਬੂ ਰੱਖੋ ਜੀ ਆਪਦੇ ਸੁਭਾਅ ਤੇ ਇਨੀ ਗਰਮੀ ਨਾ ਲਿਓ ਅਸੀਂ ਅਸੀਂ ਕਿਨੂੰ ਕਿਨੂੰ ਕੀ ਕਹਿ ਰਹੇ ਹਾਂ ਹੁਣ ਤੁਸੀਂ ਉਹ ਆਪ ਹੀ ਨਹੀਂ ਤੈਅ ਕਰ پا ਰਹੇ ਰਹੀ ਗੱਲ ਖਬਰਾਂ ਦੀ ਤੁਸੀਂ ਇਦਾਂ ਕਰਿਆ ਕਰੋ ਕਿਰਪਾ ਕਰਕੇ ਸਵੇਰੇ ਉੱਠ ਕੇ ਨਾ ਸਾਨੂੰ ਆਪਣੀ ਪਾਰਟੀ ਹੈੱਡਕੁਆਰਟਰ ਤੋਂ ਮਂਗਾ ਦਿਆ ਕਰੋ ਜਿੱਤਰਾ ਟਵੀਟ ਆਉਂਦੇ ਨੇ ਉਤੋਂ ਕਿਆ ਜਾ ਖਬਰਾਂ ਕਰਨੀਆਂ ਖਬਰਾਂ ਤੁਸੀਂ ਭੇਜ ਦੇਣੀਆਂ ਕਰ ਮੈਂ ਆਪਣੇ ਟੰਗ ਨਾਲ ਆਇਆ ਕਰੂੰਗਾ ਤੇ ਉਹ ਉਹਦੇ 'ਚ ਵੀ ਆਹੀ ਖੁਸ਼ ਹੋਏਗਾ ਉਹ ਇਦਾਂ ਕਰ ਲਓ ਮੈਂ ਮੈਂ ਭੱਜਦਾ ਨਹੀਂਗਾ ਕਿਤੇ ਵੀ ਤੁਹਾਡੇ ਤੋਂ ਸਵੇਰ ਜੀ ਗੱਲ ਹੀ ਕੋਈ ਨਹੀਂ ਇੱਕ ਦਿਨ ਬੰਨ ਲਓ ਹਾਂ ਜੀ ਜੇ ਤੁਹਾਡਾ ਲੰਭ ਹੈ ਤਾਂ ਤੁਸੀਂ ਹੈੱਡ ਕੁਆਟਰ ਤੋਂ ਮੰਗਾ ਲੈ ਮੰਗਾ ਲੈਣ ਗਿਆ ਖਬਰਾਂ ਜੀ ਜੋ ਵੀ ਤੁਹਾਡੇ ਮਨ ਪਉਂਦੀਆਂ ਤੁਸੀਂ ਉਹ ਮੈਨੂੰ ਭੇਜ ਦੇਣੀਆਂ ਤੇ ਆਪਾਂ ਉਹ ਕਰ ਦੇਵਾਂਗੇ ਜੀ ਪਰ ਉਹਦੇ ਚ ਕੀ ਹੈ ਰਿਸਰਚ ਕਰੋ ਉਹਦੇ ਐਂਗਲ ਲੱਭੋ ਅਸੀਂ ਪ੍ਰੈਸ ਨੋਟ ਛਾਪਣ ਵਾਲੇ ਨਹੀਂ ਸੀਗੇ ਸ਼ੁਰੂ ਤੋਂ ਹੀ ਜੀ ਇਹ ਸਾਡੇ ਕੰਮ ਕਰਨ ਦੀ ਫਿਤਰਤ ਕਹਿ ਲਓ ਇੱਕ ਟੰਗ ਕਹਿ ਲਓ ਕਿ ਅਸੀਂ ਜਦੋਂ ਪ੍ਰਿੰਟ 'ਚ ਸੀਗੇ ਮਾਨ ਸਾਹਿਬ ਨੂੰ ਪਤਾ ਇਸ ਗੱਲ ਦਾ ਮੈਂ ਪ੍ਰੈਸ ਨੋਟ ਆਇਆ ਨਹੀਂ ਸੀ ਭੇਜਦਾ ਹੁੰਦਾ ਛੇਤੀ ਜੇ ਪ੍ਰੈਸ ਨੋਟ ਭੇਜਣਾ ਵੀ ਹੈ ਤੇ ਨਾਲ ਆਪਦੀ ਜਿਹੜੀ ਇਨਸਾਈਟ ਹੈ ਉਹ ਜੋ ਮੈਂ ਦੇਖਿਆ ਕੀਤਾ ਮੈਂ ਨਾਲ ਭੇਜਦਾ ਹੁੰਦਾ ਸੀ ਕਿ ਪ੍ਰੈਸ ਨੋਟ ਚੋਂ ਵੱਖਰੀ ਖਬਰ ਕੱਢ ਲੈਣੀ ਉਹ ਵੱਖਰੀ ਪ੍ਰੈਸ ਨੋਟ ਚੋਂ ਵੱਖਰਾ ਕੱਢ ਲੈਣਾ ਅਸੀਂ ਉਹ ਨਹੀਂ ਵੀ ਅਸੀਂ ਆਈ ਤੇ ਟਪਾਈ ਤੇ ਬਸ ਡੰਗ ਟਪਾਉ ਸੋ ਇਹ ਆਪਣਾ ਆਪਣਾ ਟੰਗ ਹੁੰਦਾ ਤੁਹਾਡਾ ਆਪਣਾ ਨਜ਼ਰੀਆ ਅਸੀਂ ਲਾਂਬਾ ਨਹੀਂ ਕੋਈ ਦਿੰਦੇ ਪਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਿਰ ਇਹ ਤਾਂ ਡਿਕਟੇਟ ਕਰਨ ਵਾਲੀ ਗੱਲ ਹੋ ਜਾਏਗੀ ਕਿ ਖਬਰਾਂ ਵੀ ਤੁਸੀਂ ਚੁੰਨੀਆਂ ਨੇ ਜੀ ਖਬਰਾਂ ਜਿਨ੍ਹਾਂ ਨੇ ਕਰਨੀਆਂ ਨੇ ਖਬਰਾਂ ਉਹਨਾਂ ਨੇ ਚੁੰਨੀਆਂ ਖਬਰਾਂ ਚੁਣਨ ਲਈ ਵਾਸਤੇ ਸਾਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟੀਮ ਕੰਮ ਕਰਦੀ ਹੈ ਮਾਨ ਸਾਹਿਬ ਨੇ ਉਹਦੇ ਚ ਔਰ ਤੁਸੀਂ ਹੋਰ ਛੱਡੋ ਅਸੀਂ ਤਾਂ ਓਪਨ ਮੈਚ ਹੀ ਰੱਖਿਆ ਹੈ ਤੁਸੀਂ ਆ ਜਾਓ ਤੁਸੀਂ ਇੱਥੇ ਸਵਾਲ ਛੱਡੋ ਤੁਸੀਂ ਖਬਰ ਛੱਡੋ ਅਸੀਂ ਉਹਨੂੰ ਕਰਦੇ ਹਾਂ ਬਿਲਕੁਲ ਆ ਜੀ ਕਮੈਂਟ ਚ ਰੱਖ ਦਿਓ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਆ ਜਾਓ ਤੁਸੀਂ ਤੁਸੀਂ ਕੱਲਾ ਟਾਈਟਲ ਹੀ ਦੇ ਦਿਓ ਮੈਂ ਤੁਹਾਨੂੰ ਖਬਰ ਕਰਕੇ ਦੇਵਾਂਗਾ ਤੁਸੀਂ ਸਿਰਫ ਇੱਕ ਟਾਈਟਲ ਦੇ ਦਿਓ ਕਿ ਆ ਕਿਦਾਂ ਮੈਂ ਉਹਨੂੰ ਖਬਰ ਕਰਕੇ ਦੇਵਾਂਗਾ ਹੋਰ ਦੱਸੋ ਤੁਸੀਂ ਭਾਵੇਂ ਸਰਕਾਰ ਦੇ ਪੱਖ 'ਚ ਲਿਓ ਸਰਕਾਰ ਦੇ ਬਰ ਖਿਲਾਫ ਲਿਓ ਉਹ ਤੁਹਾਡਾ ਨਜ਼ਰੀਆ ਤੁਹਾਡੇ ਤੇ ਛੱਡੀ ਬਾਈ ਹੋਰ ਇਹਦੋਂ ਵੱਧ ਅਸੀਂ ਕੀ ਖੁੱਲਾ ਕਰ ਸਕਦੇ ਕਿ ਤੁਸੀਂ ਆਪਣਾ ਕਮੈਂਟ ਕਰ ਸਕਦੇ ਹੋ ਇਹਦੇ ਆ ਕੇ ਜੀ ਹੁਣ ਲਾਈਵ 'ਚ ਤਾਂ ਤੁਹਾਨੂੰ ਆਉਣਾ ਪਏਗਾ ਨਾ ਜੀ ਹੁਣ ਤੁਸੀਂ ਆਫ ਆਫ ਲਾਈਵ ਦੇ ਵਿੱਚ ਜਦੋਂ ਲਾਈਵ ਖਤਮ ਹੋ ਗਿਆ ਉਹਦੇ ਵਿੱਚ ਆ ਕੇ ਕਮੈਂਟ ਕਰੋਗੇ ਤਾਂ ਫਿਰ ਫਿਰ ਸਾਡਾ ਤਾਂ ਕੋਈ قصور ਨਹੀਂ ਹਾਂਜੀ ਤੇ ਅਸੀਂ ਤੇ ਵੀ ਆਪਸ਼ਨ ਦੇ ਦਿੱਤਾ ਕਿ ਪਾਰਟੀ ਹੈਡਕੁਆਰਟਰ ਤੋਂ ਵੀ ਭੇਜ ਦਿਓ ਖਬਰਾਂ ਅਸੀਂ ਇੱਕ ਦਿਨ ਉਹ ਵੀ ਕਰਦੇ ਆ ਬਿਲਕੁਲ ਜੇ ਕੋਈ ਜੇ ਕੋਈ ਬਾਕੀ ਹੋਰ ਵੀ ਚਾਵੇ ਭੈਣ ਭਰਾ ਤਾਂ ਕੋਈ ਗੱਲ ਨਹੀਂ ਵੈਸੇ ਤਾਂ ਤੁਹਾਡੇ ਕਮੈਂਟ ਐਡ ਆਨ ਕਰ ਹੀ ਲੈਣੇ ਹੈਗੇ ਜੋ ਵੀ ਹੁੰਦੇ ਪਰ ਫਿਰ ਵੀ ਜੇ ਕਿਸੇ ਨੂੰ ਲੱਗਦਾ ਹੋਵੇ ਤਾਂ ਭੇਜ ਦੇਣਾ ਅਸੀਂ ਤਾਂ ਦੇਖੋ ਆਲੋਚਨਾ ਵਾਲੇ ਵੀ ਚੁਣ ਕੇ ਲਿਆਣੇ ਆ ਯਾਰ ਕੋਈ ਗੱਲ ਨਹੀਂ ਹੈ ਇਹ ਇਹ ਸਾਡੇ ਹੀ ਲੋਕ ਨੇ ਜੀ ਇਹ ਇਹ ਮੰਚ ਜਿਹੜਾ ਇਹਨਾਂ ਦਾ ਵੀ ਹੈ ਜੀ ਜੇ ਇਹਨਾਂ ਨੂੰ ਲੱਗਦਾ ਹੈ ਹਾਂ ਤੁਹਾਨੂੰ ਕਿਤੇ ਲੱਗਦਾ ਕਿ ਅਸੀਂ ਗਲਤ ਆ ਅਸੀਂ ਆਪਣੀ ਗਲਤੀ ਤੇ ਕਦੇ ਅੜੇ ਹੀ ਨਹੀਂ ਆ ਅਸੀਂ ਕਹਿ ਦਿੰਨੇ ਆ ਕਿ ਹਾਂ ਜੇ ਗਲਤੀ ਵਾਕਈ ਗਲਤੀ ਹੈ ਤਿਆਰ ਅਸੀਂ ਖਿਮਾ ਦੇ ਆਜਕਾ ਜੇ ਤੁਹਾਡਾ ਕਿਤੇ ਕੋਈ ਦਿਲ ਦੁਖਿਆ ਕਿਸੇ ਸ਼ਬਦ ਕਰਕੇ ਉਹਦੇ ਲਈ ਵੀ ਮਾਫੀ ਹੈ ਹੋਰ ਦੱਸੋ ਬਿਲਕੁਲ 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 ਇਧਰ ਸਰ ਜੀ ਜੀ ਕਹ ਰਹੇ ਜੀ ਦੋਨਾਂ ਚਾਹੂ ਕੋਈ ਵੀ ਨਹੀਂ ਸੀਗਾ ਜੀ ਦੋਨੇ ਇੱਕੋ ਜਿਹੇ ਮੁੱਦੇ ਨੂੰ ਛੱਡੋ ਜੀ ਕਹਨੇ ਕੇ ਨਹੀਂ ਨਹੀਂ ਆਪਾਂ ਤੇ ਉਹ ਤੇ ਪਿੰਗ ਪਾਈ ਹੋਈ ਨਹੀਂ ਮੈਂ ਤਾਂ ਹੀ ਕਿਹਾ ਕਿ ਦੇਖੋ ਦੋਈ ਚੀਜ਼ਾਂ ਨੇ ਕਿ ਭਾਈ ਸੋਚ ਕੇ ਚਲੋ ਪੱਤਰਕਾਰਤਾ ਨੂੰ ਹੁਣ ਇਹ ਦੇਖਣਾ ਪਏਗਾ ਕਿ ਪੱਤਰਕਾਰਤਾ ਤੇ ਸੰਕਟ ਦੋਏ ਪਾਸੇ ਆ ਉਦੋਂ ਵੀ ਆਪਾਂ ਗੱਲ ਕਰ ਰਹੇ ਸੀਗੇ ਜਦੋਂ ਪੱਤਰਕਾਰਾਂ ਤੇ ਹਮਲੇ ਦੀ ਗੱਲ ਕਰ ਰਹੇ ਸੀ ਮਾਨ ਸਾਹਿਬ ਮੈਂ ਕਹਿਆ ਸੀਗਾ ਕਿ ਇੱਕ ਤਾਂ ਪੱਤਰਕਾਰਤਾ ਦਾ ਜਹਾਜ਼ ਡੁੱਬ ਰਿਹਾ ਹੈ ਇੱਕ ਤੇ ਚੈਲੰਜ ਉਹ ਹੈ ਤੇ ਦੂਸਰੇ ਪਾਸੇ ਇਹ ਹੈ ਕਿ ਜਿਹੜੇ ਚੰਗੇ ਚੰਗਾ ਕੰਮ ਕਰਦੇ ਆ ਤੇ ਉਹਨਾਂ ਨੂੰ ਦੇਖ ਲੋ ਕਿਰਾ ਕਿਦਾਂ ਪੈਂਦਾ ਹੈ ਇਹ ਇਹ ਡਬਲ ਚੈਲੰਜ ਹੈ ਜੀ ਤਾਂ ਉਹਦੇ ਚ ਪੱਤਰਕਾਰ ਨੇ ਤੈਅ ਕਰਨਾ ਹੈ ਕਿ ਭਈ ਮੈਂ ਕਿਸ ਦਿਸ਼ਾ ਨਾਲ ਦਿਸ਼ਾ ਵੱਲ ਅੱਗੇ ਵਧਣਾ ਤੇ ਕਿਸ ਘੜਸ ਨਾਲ ਅੱਗੇ ਵਧਣਾ ਜੀ ਜੀ ਬਿਲਕੁਲ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਜੀ ਬਿਲਕੁਲ ਬਿਲਕੁਲ ਜਿੱਧਰੋਂ ਨਵਦੀਪ ਜੀ ਹੈ ਆਸਟ੍ਰੇਲੀਆ ਤੋਂ ਵਿੰਟੂ ਜੀ ਇਹ ਕਹਿੰਦੇ ਜੀ ਕੀ ਕਾਨੂੰਨੀ ਪ੍ਰਕਿਰਿਆ ਕੀ ਹੈ ਪੱਤਰਕਾਰ ਬਣਦੀ ਕਹਿੰਨੇ ਕਿ ਸਾਡੇ ਤਾਂ ਇੱਧਰ ਬੜਾ ਮਤਲਬ ਇਹ ਕਿ ਬਿਨਾ ਜਰਜ਼ਮ ਕਰੇ ਕਰੇ ਕਹਿੰਨੇ ਕਿ ਵੀ ਕਿੱਦਾਂ ਪੱਤਰਕਾਰ ਬਣੇ ਬੈਠੇ ਕਿ ਉਹ ਲੀਗਲ ਨਹੀਂ ਕਹਿੰਦੇ ਜੀ ਕਿ ਨਹੀਂ ਲੀਗਲ ਇੱਥੇ ਫ੍ਰੀਲੈਂਸ ਹੈ ਲੀਗਲ ਇਹਦੇ ਤੇ ਕਿਹੜਾ ਗੋਲਸੈਂਸ ਬੰਨਾ ਜੀ ਜੀ ਉਹ ਤਾਂ ਫਿਰ ਕਿਉਂਕਿ ਇੱਥੇ ਫ੍ਰੀडम ਆਫ ਸਪੀਚ ਹੈ ਜਿੱਥੇ ਤਾਂ ਉੱਥੇ ਕੋਈ ਟਿੱਪਣੀਕਾਰ ਬਣ ਸਕਦਾ ਹੈ ਕੋਈ ਲੇਖਕ ਬਣ ਸਕਦਾ ਕੱਲ ਨੂੰ ਆਪਾਂ ਕਹਾਂਗੇ ਕਿ ਆਰਟੀਕਲ ਲਿਖਣ ਵਾਲੇ ਲੇਖਕ ਵੀ ਲਾਇਸੈਂਸ ਲੈ ਕੇ ਆਉਣ ਤੇ ਕਲਮਾ ਦੇ ਲਾਇਸੈਂਸ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਆ ਤਾਂ ਫਿਰ ਆਪਾਂ ਆਰਟੀਕਲ ਵਾਸਤੇ ਵੀ ਲੱਗ ਜਾਏਗੇ ਨਾ ਜੀ ਕੋਈ ਟਿੱਪਣੀ ਕਰ ਰਿਹਾ ਅਸੀਂ ਹੁਣ ਜਿੱਦਾਂ ਟਿੱਪਣੀ ਕਰਦੇ ਹਾਂ ਫਿਰ ਸਾਡੇ ਵਾਸਤੇ ਵੀ ਇੱਕ ਡਿਗਰੀ ਹੋਏਗੀ ਕਿ ਪਹਿਲਾਂ ਡਿਗਰੀ ਕਰਕੇ ਆ ਤੇ ਫਿਰ ਕਮਾਲ ਦੀ ਗੱਲ ਹੈ ਭਾਈ ਜਿਹੜੇ ਸਭ ਤੋਂ ਵੱਡਾ ਸਿਆਪਾ ਤੇ ਆ ਕਿ ਭਾਈ ਜਿਹੜੇ ਹੈਗੇ ਨੇ ਨੁਮਾਇੰਦੇ ਇਹਨਾਂ ਵਾਸਤੇ ਤੇ ਕੁਆਲਿਫੀਕੇਸ਼ਨ ਨਹੀਂ ਹੈਗੀ ਕੋਈ ਤੇ ਜਿਹੜੇ ਡਿਗਰੀਆਂ ਕਰਕੇ ਤੁਸੀਂ ਉਹਨਾਂ ਤੇ ਵੀ ਸਵਾਲ ਚੁੱਕ ਦਿੰਨੇ ਹੋ ਬੜੇ ਇਸ ਤਰ੍ਹਾਂ ਦੇ ਜਿਹੜੇ ਉਹ ਜਿਹੜੇ ਡਿਗਰੀਆਂ ਵਾਲੇ ਉਹ ਬੈਠੇ ਨੇ ਨਾ ਦਿੱਲੀ ਸਟੂਡੀਓ 'ਚ ਬੀਬੀਆਂ ਆ ਜਾਂਦੀਆਂ ਸੁਰਖੀ ਬਿੰਦੀ ਲਾ ਕੇ 7 ਵਜੇ ਤੋਂ 10 ਵਜੇ ਤੱਕ ਉਹ ਡਿਗਰੀ ਹੋਲਡਰ ਜੇ ਤੇ ਉਹਨਾਂ ਦਾ ਪੈਕੇਜ ਸੁਣੋਗੇ ਤੇ ਦੰਦਲ ਪੈ ਜਾਂਦੀ ਹੈ ਬੰਦੇ ਨੂੰ ਸਾਰੇ ਡਿਗਰੀ ਹੋਲਡਰ ਡਿਗਰੀ ਹੋਲਡਰ ਨੇ ਤੇ ਪੈਕੇਜ ਉਹਨਾਂ ਦੇ ਐਡੇ ਵੱਡੇ ਆ ਕਿ ਟੈਚੀ ਭਰ ਜਾਂਦਾ ਰੁਪਈਆਂ ਦਾ ਜੀ ਕਿਸੇ ਦਾ 20 ਲੱਖ ਦਾ ਕਿਸੇ ਦਾ 25 ਲੱਖ ਦਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਤੋ ਕਰਦੇ ਕੀ ਆ ਸ਼ਾਮ ਨੂੰ ਆ ਕੇ ਹਿੰਦੂ ਮੁਸਲਮ ਹਿੰਦੂ ਮੁਸਲਮ ਹਿੰਦੂ ਮੁਸਲਮ ਇਹ ਉਹ ਡਿਗਰੀ ਹੋਲਡਰ ਵੀ ਉਹ ਵੀ ਇਸੇ ਪਾਸੇ ਤੁਰੇ ਪਏ ਨੇ ਤੇ ਦੂਜੀ ਸਭ ਤੋਂ ਇੰਟਰਸਟਿੰਗ ਗੱਲ ਇਹ ਆ ਕਿ ਬਈ ਤੁਸੀਂ ਉਹਨਾਂ ਚੋਂ ਕਿੰਨੇ ਕੁ ਨੂੰ ਦੇਖਦੇ ਹੋਗੇ ਉਹ ਵੀ ਜਰਨਲਿਜ਼ਮ ਦੇਖੋ ਜਰਨਲਿਜ਼ਮ ਹੈਗੀ ਹੈ ਐਥਿਕਸ ਤੇ ਖੜੀ ਆ ਹਾਂਜੀ ਤੁਸੀਂ ਕੰਮ ਕੀਤਾ ਮੈਂ ਬਹੁਤ ਸਾਰੇ ਪੱਤਰਕਾਰ ਵੇਖੇ ਮਾਨ ਸਾਹਿਬ ਆਪਣੇ ਨਾਲ ਹੀ ਕੰਮ ਕੀਤਾ ਜਿਨ੍ਹਾਂ ਨੇ ਸਿੱਖੇ ਤਾਂ ਮਤਲਬ ਕੋਈ ਵਧੀਆ ਮੈਂ ਨਹੀਂ ਕਹਿੰਦਾ ਕੋਈ ਕਾਬਲੀਅਤ ਦੇ ਮਾਮਲੇ 'ਚ ਘਟ ਹੁੰਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਸਿੱਧ ਕੀਤਾ ਬਾਅਦ 'ਚ ਵੀ ਆ ਕੇ ਸਿੱਧ ਕੀਤਾ ਹਾਂਜੀ ਇੰਪਰੂਵਮੈਂਟ ਕੀਤੀ ਹੈ ਹਾਂਜੀ ਬਿਲਕੁਲ ਐਥਿਕਸ ਹੋਣੇ ਚਾਹੀਦੇ ਆ ਤੁਹਾਡੇ ਜੀ ਤੇ ਇੱਥੇ ਕੋਈ ਐਡਾ ਕੋਈ ਕਾਨੂੰਨੀ ਤੌਰ ਤੇ ਕੋਈ ਸਿਕੰਜਾ ਨਹੀਂ ਆਏਗਾ ਕਿ ਤੁਸੀਂ ਡਿਗਰੀ ਹੋਲਡਰ ਹੋਵੋਗੇ ਤੇ ਤੁਸੀਂ ਲਿਖ ਸਕਦੇ ਹੋ ਬੋਲ ਸਕਦੇ ਹੋ ਐਸਾ ਨਹੀਂ ਕਿਉਂਕਿ ਇੱਥੇ ਫਰੀडम ਆਫ ਸਪੀਚ ਹੈ ਤੁਸੀਂ ਬੋਲੋ ਹਾਂ ਆਪਣੇ ਸ਼ਬਦਾਂ ਵਾਸਤੇ ਤੁਸੀਂ ਆਪ ਜ਼ਿੰਮੇਵਾਰ ਹੋ ਨਹੀਂ ਤੇ ਫਿਰ ਨੋਟਸ ਜਦੋਂ ਆਉਂਦਾ ਨਾ ਹਜ਼ੂਰ ਇਹ ਇੱਥੇ ਫਿਰ ਕਾਨੂੰਨ ਲਾਗੂ ਹੋ ਜਾਂਦਾ ਉਹ ਕੋਈ 2 ਕਰੋੜ ਦਾ ਘਲਦਾ ਕੋਈ 5 ਕਰੋੜ ਦਾ ਘਲਦਾ ਹੈ ਤੇ ਅਮਾਨੀ ਵਰਗੇ ਤਾਂ ਕਈ 100 ਕਰੋੜ ਦਾ ਘਲ ਦਿੰਦੇ ਨੇ ਕਈ ਵਾਰ ਜੀ ਲਿਖਕਾਂ ਨੂੰ ਦੱਬਣ ਵਾਸਤੇ ਚੈਲੰਜ ਬਹੁਤ ਨੇ ਬਿਲਕੁਲ 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 ਜੀ ਤੇ ਇਧਰੋਂ ਸੰਦੀਪ ਜੀ ਇਹਨਾਂ ਨੇ ਕੋਈ ਪੀਯੂ ਦਾ ਮਸਲਾ ਦੱਸਣਾ ਜੀ ਕਹਿੰਨੇ ਕਿ ਮੇਰੇ ਸਿਸਟਰ ਦੇ ਡਾਕੂਮੈਂਟ ਨਹੀਂ ਵਾਪਸ ਕਰ ਰਹੇ ਤਾਂ ਮੈਂ ਤੁਹਾਨੂੰ ਕੰਟੈਕਟ ਕਰਨਾ ਵੀਰੇ ਸਾਡੇ ਇੱਕ ਤਾਂ ਇਹ ਹੈ ਕਿ ਤੁਸੀਂ ਜਾਂ ਤਾਂ ਫੇਸਬੁੱਕ ਤੇ ਉੱਤੇ ਇਨਬਾਕਸ ਮੈਸੇਜ ਕਰ ਦਿਓ ਜੇ ਉੱਥੇ ਮੈਸੇਜ ਨਹੀਂ ਕਰਨਾ ਈਮੇਲ ਕਰਦੇ ਹੋ ਜਾਂ ਵਟਸਐਪ ਕਰਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਨੰਬਰ ਮਿਲ ਜੂਗਾ ਲਿੰਕ ਮਿਲ ਜੂਗਾ ਉਥੋਂ ਜਰਾ ਸਾਡੇ ਤੱਕ ਪਹੁੰਚ ਕਰ ਲੋ ਬਾਕੀ ਤੁਹਾਡਾ ਮਸਲਾ ਜਿਹੜਾ ਉਹ ਜਿਹੜਾ ਦੇਖ ਕੇ ਜਾਂ ਸਮਝ ਕੇ ਉਸ ਤੋਂ ਬਾਅਦ ਜਰੂਰ ਉਹ ਲਿੱਤੇ ਗੱਲਬਾਤ ਵੀ ਕਰ ਲਾਂਗੇ ਤੇ ਨਾਲ ਹੀ ਮਿੰਟੂ ਜੀ ਫਿਰ ਇਸ ਤੋਂ ਬਾਅਦ ਵੀ ਆਪਾਂ ਅੱਗੇ ਨੂੰ ਚੱਲੀਏ ਮਿੰਟੂ ਜੀ ਤਾਂ ਉਧਰੋਂ ਅंसारी ਵਾਲਾ ਹੁਣ ਤੀਰ ਕਨੇ ਜਾਊ ਕਿਹੜੇ ਪਾਸੇ ਜੀ ਕਨੇ ਕੇ ਕੈਪਟਨ ਸਾਹਿਬ ਦਾ ਨਾਮ ਆ ਗਿਆ ਰੰਧਾਵਾ ਸਾਹਿਬ ਦਾ ਨਾਮ ਆ ਗਿਆ ਤੇ ਨਾਲ ਹੀ ਹੁਣ ਕਹਿੰਦੇ ਕਿ ਕੈਪਟਨ ਦੇ بیٹے ਰਣਿੰਦਰ ਸਿੰਘ ਦਾ ਨਾਮ ਆਈ ਜਾਂਦਾ ਵਿੱਚ ਹਾਂ ਉਹ ਜਿਹੜਾ ਪਿਛਲਾ ਕਮੈਂਟ ਸੀ ਉਹਦੇ ਨਾਲ ਜਿਹੜਾ ਕਿ ਵੱਡੇ ادارےਾਂ ਚ ਹਾਲੇ ਵੀ ਜਿਹੜਾ ਜਰਨਲਿਜ਼ਮ ਦਾ ਕੋਰਸ ਵਗੈਰਾ ਉਹ ਕਈ ਵਾਰ ਮੰਗਦੇ ਨੇ ਉਹ ਹਾਂਜੀ ਆ ਵੱਡੇ ਧਾਰਾਂ ਦੇ ਵਿੱਚ ਵੀ ਜਰਨਲਿਸਟ ਦਾ ਕੋਰਸ ਹਾਂ ਉਹ ਮੈਨੂੰ ਗੱਲ ਯਾਦ ਆ ਗਈ ਪਰ ਆਮ ਤੌਰ ਤੇ ਸਟਿੰਗਰ ਵਗੈਰਾ ਜਿਹੜੇ ਛਟਲੇ ਪੱਧਰ ਤੇ ਕੰਮ ਕਰਦੇ ਇਹਨਾਂ ਦੇ ਕੋਈ ਯੋਗਤਾ ਨਹੀਂ ਹੋ ਰਹੀ ਜਿਹੜੇ ਫੀਲਡ ਚ ਆਖ ਲਓ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕੰਮ ਛੋਟੇ ਕਸਬਿਆਂ ਚ ਉਹਨਾਂ ਲਈ ਕੁਝ ਨਹੀਂ ਹੁੰਦਾ ਵਿਚਾਰੇ ਉਹ ਆਪ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੈਰੀਅਰ ਤੋੜ ਦੇ ਆਖਿਰ